ਤੇ ਉਹ ਇਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਸੀ, ਜਿਹਦੇ ਕਰਕੇ ਮੈਂ ਮਨ ਬਣਾਇਆ ਕਿ ਮੈਂ ਤੁਹਾਨੂੰ ਕਦੇ ਆਪ ਦੇ ਦਫ਼ਤਰ 'ਚ ਜਾਂ ਘਰ 'ਚ ਜਾਂ ਕੋਠੀ ਵਿੱਚ ਆਉਣ ਵਾਸਤੇ ਮਿਲਣ ਵਾਸਤੇ ਨਹੀਂ ਕਵਾਂਗੀ। ਜੇ ਤੁਹਾਡੇ ਪਿੰਡ ਵਿੱਚ ਆਵਾਂਗੀ ਫਿਰ ਸਾਰੇ ਅਫਸਰ ਨਾਲ ਲੈ ਕੇ ਆਵਾਂਗੀ, ਤਾਂ ਕਿ ਜੇ ਕਿਸੇ ਦਾ ਸ਼ਗਨ ਦਾ ਚੈੱਕ ਕੋਈ ਰੁਕ ਜਾਏ ਜਾਂ ਕੋਈ ਪੈਨਸ਼ਨ ਰਹਿ ਗਈ, ਮੌਕੇ 'ਤੇ ਹੀ ਅਫਸਰ ਨੂੰ ਕਿਹਾ ਜਾਏ ਅਤੇ ਤੁਹਾਡਾ ਬਣਦਾ ਹੋਇਆ ਹੱਕ ਤੁਹਾਨੂੰ ਦਿਲਵਾਇਆ ਜਾਏ। ਅੱਜ ਮੈਨੂੰ ਕਿੰਨਾ ਦੁੱਖ ਹੁੰਦਾ ਕਿ ਤੁਹਾਡੀ ਤਕਲੀਫਾਂ ਨੂੰ ਘਟਾਉਣ ਵਾਸਤੇ ਬਾਦਲ ਸਾਹਿਬ ਨੇ ਦਿਨ ਰਾਤ ਮਿਹਨਤ ਕਰਕੇ ਉਸ ਹੀ ਖਜ਼ਾਨੇ ਵਿੱਚੋਂ, ਜਿਹੜਾ ਖਜ਼ਾਨਾ ਅੱਜ ਦੀ ਸਰਕਾਰ ਦੇ ਕੋਲ ਹੈ, ਉਸ ਖਜ਼ਾਨੇ ਵਿੱਚੋਂ ਗਰੀਬਾਂ ਨੂੰ ਆਟੇ ਦਾਲ ਦੇ ਕਾਰਡ ਦਿੱਤੇ, ਬਜ਼ੁਰਗਾਂ ਨੂੰ ਪੈਨਸ਼ਨਾਂ ਦਿੱਤੀਆਂ, ਗਰੀਬ ਬੱਚਿਆਂ ਦੇ ਸ਼ਗਨ ਦੇ ਚੈੱਕ ਦਿੱਤੇ, ਸਾਈਕਲ ਵੰਡੇ, 200 ਯੂਨਿਟ ਬਿਜਲੀ ਦੇ ਮਾਫ਼ ਕੀਤੇ, 30,000 ਦਾ ਭਗਤ ਪੂਰਨ ਸਿੰਘ ਦਾ ਕਾਰਡ ਗਰੀਬਾਂ ਦੇ ਇਲਾਜ ਵਾਸਤੇ, ਤਾਂ ਪਤਾ ਨਹੀਂ 100 ਚੀਜ਼ਾਂ ਹੋਰ ਕਿੰਨੀਆਂ ਦਿੱਤੀਆਂ। ਲੇਕਿਨ ਆਹੀ ਖਜ਼ਾਨਾ ਇਸ ਅਹੰਕਾਰੀ ਰਾਜੇ ਮਹਾਰਾਜੇ ਨੂੰ ਜਦ ਉਸ ਕੁਰਸੀ 'ਚ ਬਿਠਾਤਾ, ਫਿਰ ਜਿੰਨੇ ਝੂਠ ਤੁਹਾਨੂੰ ਮਾਰੇ ਸੀਗੇ ਵੋਟਾਂ ਦੇ ਵੇਲੇ, ਉਹ ਸਾਰੇ ਲਾਰੇ ਲੱਪੇ ਭੁੱਲ ਕੇ ਆ ਤੁਹਾਡੇ ਨਾਲ ਇੰਨਾ ਵੱਡਾ ਧੋਖਾ ਕੀਤਾ ਕਿ ਨਾ ਹੀ ਕਿਸੇ ਕਿਸਾਨ ਦਾ ਪੂਰੇ ਪੰਜਾਬ ਵਿੱਚ ਕਰਜ਼ਾ ਮਾਫ਼ ਹੋਇਆ, ਨਾ ਹੀ ਘਰ ਘਰ ਨੌਕਰੀ ਤੱਕ ਹੀ ਕਿਸੇ ਇੱਕ ਜਵਾਕ ਦੀ ਨੌਕਰੀ ਨਹੀਂ ਲੱਗੀ, ਅਤੇ ਗਰੀਬਾਂ ਨੂੰ ਤਾਂ ਇਹੋ ਜਿਹੀ ਸੱਟ ਮਾਰੀ ਕਿ ਜਿਹੜਾ ਕੁਛ ਬਾਦਲ ਸਾਹਿਬ ਦਿੰਦੇ ਸੀ ਇੱਕ ਇੱਕ ਕਰਕੇ ਤੁਹਾਡੇ ਤੋਂ ਸਾਰਾ ਕੁਛ ਖੋਲਿਆ। ਆਟੇ ਅਤੇ ਦਾਲ ਦੇ ਕਾਰਡ ਬਾਦਲ ਸਾਹਿਬ ਨੇ ਦਿੱਤੇ, ਰਾਜਾ ਕਹਿੰਦਾ ਸੀ ਮੈਂ ਤੁਹਾਨੂੰ ਘਿਓ ਅਤੇ ਖੰਡ ਦੇਵਾਂਗਾ, ਕੀ ਘਿਓ ਅਤੇ ਖੰਡ ਦੇਣਾ ਸੀ, ਅੱਧੇ ਤੋਂ ਵੱਧ ਕਾਰਡ ਹੀ ਰੱਦ ਕਰ ਦਿੱਤੇ, ਬੰਦ ਕਰਤੇ ਗਰੀਬਾਂ ਤੋਂ ਖੋਲਿਆ ਜਿਹੜਾ ਬਾਦਲ ਸਾਹਿਬ ਦਿੰਦੇ ਸੀਗੇ। ਬਜ਼ੁਰਗਾਂ ਨੂੰ ਕਹਿੰਦਾ ਸੀ ਮੈਂ ਤੁਹਾਡੀ 2500 ਪੈਨਸ਼ਨ ਲਵਾਂਗਾ, ਕਿਹੜੇ ਬਜ਼ੁਰਗ ਨੂੰ 2500 ਪੈਨਸ਼ਨ, ਆਮ ਸਾਰ ਸਭ ਤੋਂ ਪਹਿਲਾਂ ਪੰਜਾਬ ਭਰ ਦੀ ਵਿਧਵਾ ਪੈਨਸ਼ਨ ਰੱਦ ਕਰਤੀਆਂ, ਉਹਦੇ ਬਾਅਦ ਇੱਕ ਇੱਕ ਕਰਕੇ ਪਿਛਲੇ 2 ਸਾਲਾਂ 'ਚ ਅੱਧੇ ਤੋਂ ਵੱਧ ਪੈਨਸ਼ਨਾਂ ਹੀ ਬੰਦ ਕਰਤੀਆਂ। ਗਰੀਬ ਧੀਆਂ ਵਾਸਤੇ ਕਹਿੰਦਾ ਸੀ ਮੈਂ 51,000 ਦਾ ਚੈੱਕ ਦੇਵਾਂਗਾ, 2 ਸਾਲ ਤੋਂ ਕਿਸੇ ਦਾ ਜਿਹੜਾ ਮਿਲਦਾ ਸੀ ਬਾਦਲ ਸਾਹਿਬ ਵਾਲਾ ਚੈੱਕ ਵੀ ਤਾਂ ਹੀ ਨਹੀਂ ਭੇਜਿਆ। ਭਗਤ ਪੂਰਨ ਸਿੰਘ ਕਾਰਡ 30,000 ਵਾਲਾ ਉਹ ਵੀ ਖੋਲਿਆ, ਜਿਹੜਾ ਅਸੀਂ ਦਿੰਦੇ ਸੀ ਉਹ ਵੀ ਤੁਹਾਡੇ ਤੋਂ ਖੋਲਿਆ। ਲੇਕਿਨ ਵੱਡਾ ਦੁੱਖ ਮੈਨੂੰ ਇਸ ਗੱਲ ਦਾ ਲੱਗਦਾ ਹੈ ਕਿ ਜਿਹੜੀ ਕੇਂਦਰ ਦੀ ਸਰਕਾਰ, ਦਿੱਲੀ ਦੀ ਸਰਕਾਰ ਦਿੰਦੀ ਹੈ ਦਿੱਲੀ ਦੇ ਖਜ਼ਾਨੇ ਤੋਂ, ਉਹ ਵੀ ਤੁਹਾਡੇ ਤਾਂ ਪਹੁੰਚਣ ਨਹੀਂ ਦਿੰਦਾ। ਆਹ ਮੇਰੀ ਮਾਤਾਵਾਂ ਆ ਕੇ ਮੇਰੇ ਕੋਲ ਰੋਂਦੀਆਂ ਨੇ, ਸਾਡਾ ਕੋਠਾ ਡਿੱਗਣ ਵਾਲਾ ਹੈ, ਮੇਰੀ ਛੱਤ ਮੇਰਾ ਕਮਰਾ ਪਾ ਦੇ। 1.5 ਲੱਖ ਦਾ ਚੈੱਕ ਦਿੱਲੀ ਸਰਕਾਰ ਦਿੰਦੀ ਹੈ ਗਰੀਬਾਂ ਦੇ ਮਕਾਨ ਪਾਉਣ ਵਾਸਤੇ। ਹਜ਼ਾਰਾਂ ਦੀ ਗਿਣਤੀ ਵਿੱਚ ਮੈਂ ਚੈੱਕ ਵੰਡ ਕੇ ਗਈ ਸੀ, ਜਿਹਨੂੰ ਮੈਂ ਵੰਡ ਗਈ ਉਹਦੀ ਦੂਜੀ ਕਿਸ਼ਤ ਰੋਕਤੀ, ਅਤੇ 2 ਸਾਲਾਂ 'ਚ ਇੱਕ ਵੀ ਗਰੀਬ ਦਾ ਇੱਕ ਵੀ ਚੈੱਕ ਨਹੀਂ ਆਇਆ। ਦਿੱਲੀ ਸਰਕਾਰ ਤੁਹਾਡੇ ਲੈਟਰੀਨਾਂ 'ਤੇ ਪੈਸੇ ਭੇਜਦੀ ਹੈ ਤਾਂ ਉਹ ਤੁਹਾਡੇ ਤਾਂ ਹੀ ਨਹੀਂ ਪਹੁੰਚਦੇ, ਬੱਚਿਆਂ ਦੇ ਵਜ਼ੀਫੇ ਭੇਜਦੀ ਹੈ ਅਤੇ ਬੱਚਿਆਂ ਦੇ ਵਜ਼ੀਫੇ ਵੀ ਰੋਕਦੇ, ਸਰਦੀਆਂ ਦੀ ਵਰਦੀਆਂ ਵੀ ਰੋਕਦੀਆਂ, ਇੱਕ ਇੱਕ ਚੀਜ਼ ਜਿਹੜੀ ਆਉਂਦੀ ਹੈ ਉਹ ਸਾਰਾ ਕੁਛ ਤੁਹਾਡੇ ਤੋਂ ਖੋਲਿਆ ਅਤੇ ਤੁਹਾਨੂੰ ਬਦਲੇ 'ਚ ਦਿੱਤਾ ਕਿ ਇਹਨੂੰ ਕੁਰਸੀ 'ਚ ਬਿਠਾ ਕੇ ਤੁਹਾਨੂੰ ਮਿਲਿਆ ਕਿ ਇੰਨਾ ਵੱਡਾ ਬਿਜਲੀ ਦਾ ਬਿੱਲ, ਇੰਨੇ ਵੱਡੇ ਵੱਡੇ ਬਿਜਲੀ ਦੇ ਬਿੱਲ ਆ ਰਹੇ ਨੇ ਕਿ ਨਹੀਂ, ਦੇਖੇ ਨੇ ਕਦੇ ਇਹੋ ਜਿਹੇ ਬਿੱਲ? ਕਿੱਥੋਂ ਗਰੀਬ ਭਰੂਗਾ 15,000, 20,000, 25,000, 40,000, ਕਿੱਥੋਂ ਭਰੋਂਗੇ ਤੁਸੀਂ ਆ ਬਿੱਲ? 70-70 ਪਿਛਲੇ ਪਰਸੋਂ ਮੈਂ ਪੁੱਛੋ ਹਲਕੇ ਜੇ 99,000 ਇੱਕ ਪੱਖਾ ਤੇ ਇੱਕ ਬੱਤੀ ਕਿੱਥੋਂ ਭਰ ਸਕਦੇ ਹੋ? ਜਦ ਵਿਚਾਰਾ ਗਰੀਬ ਗਰੀਬ ਦੇ ਬੋਝ ਤੇ ਅੱਗੇ ਹੀ ਦਬਿਆ ਹੋਇਆ, ਨਹੀਂ ਭਰ ਸਕਦਾ ਤਾਂ ਮੀਟਰ ਪੱਟ ਕੇ ਲੈ ਗਏ। ਤੇ 2 ਸਾਲ ਲੰਘ ਗਏ, ਕੋਈ ਸਾਰ ਲੈਣ ਵਾਸਤੇ ਨਹੀਂ ਆਇਆ, MLA ਇੱਥੇ ਕਾਂਗਰਸ ਦਾ ਬਣਿਆ ਮੁੜ ਕੇ ਤੁਹਾਡੇ ਕੋਲ ਨਹੀਂ ਆਇਆ। ਝਾੜੂ ਵਾਲੀ ਪਾਰਟੀ ਤੇ ਕਾਂਗਰਸ ਨੇ ਰਲ ਮਿਲ ਕੇ ਭੰਡੀ ਪ੍ਰਚਾਰ ਸਾਡੇ ਖਿਲਾਫ਼ ਕਰਕੇ, ਬਾਦਲ ਸਾਹਿਬ ਆਹ ਕਰਦੇ ਉਹ ਕਰਦੇ, ਇੰਨਾ ਵੀ ਸਬੂਤ ਕਿਸੇ ਗੱਲ ਦਾ ਨਹੀਂ, ਝੂਠ ਮਾਰ ਮਾਰ ਕੇ ਭੰਡੀ ਪ੍ਰਚਾਰ ਕਰਕੇ ਆਪਦੀ ਕੁਰਸੀਆਂ 'ਚ ਬਹਿ ਗਏ ਤੇ ਹੁਣ 2 ਸਾਲ 'ਚ ਕੋਈ ਵਰਗ ਨਹੀਂ ਜਿਹੜਾ ਤੱਪਿਆ ਹੋਇਆ ਨਹੀਂ ਹੈ। 1500 ਕਿਸਾਨਾਂ ਨੇ ਖੁਦਕੁਸ਼ੀ ਕਰ ਲਿੱਤੀਆਂ, ਝੂਠਾ ਝਾਂਸਾ ਮੈਂ ਤੁਹਾਡੇ ਕਰਜ਼ੇ ਮਾਫ਼ ਕਰ ਦਾਂਗਾ, ਲੋਕਾਂ ਨੇ ਆਪਦੀ ਕਿਸ਼ਤਾਂ ਭਰਨੀਆਂ ਬੰਦ ਕਰਤੀਆਂ, ਜਿਹਦੇ ਕਰਕੇ ਹੁਣ ਉਹਨਾਂ ਦੀ ਜ਼ਮੀਨਾਂ ਦੀ ਕੁੜਕੀ ਕੀਤੀ ਜਾ ਰਹੀ ਹੈ। 1500 ਕਿਸਾਨ ਤਾਂ ਖੁਦਕੁਸ਼ੀ ਕਰ ਵੀ ਗਏ ਨੇ, ਇਸ ਹੱਦ ਤਾਈ ਕੁਰਸੀ ਦੀ ਲਾਲਚ ਕਿ ਗੁਰੂ ਸਾਹਿਬ ਦੀ ਵੀ ਝੂਠੀ ਸਹੁੰ ਖਾ ਗਿਆ। ਜਿਹੜਾ ਇਨਸਾਨ ਨੂੰ ਇੰਨੀ ਕੁਰਸੀ ਦੀ ਲਾਲਚ ਹੈ ਕਿ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਤਖ਼ਤ ਸਾਹਿਬ ਵੱਲ ਮੂੰਹ ਕਰਕੇ ਦਸਮ ਪਿਤਾ ਦੇ ਚਰਨਾਂ ਦੀ ਸਹੁੰ ਖਾ ਗਿਆ ਕਿ ਬਾਦਲ ਸਾਹਿਬ ਨੂੰ ਲਾ ਕੇ ਮੈਨੂੰ ਕੁਰਸੀ 'ਚ ਬਿਠਾਓ, ਮੈਂ 4 ਹਫ਼ਤਿਆਂ 'ਚ ਪੰਜਾਬ ਤੋਂ ਨਸ਼ਾ ਖਤਮ ਕਰ ਦਾਂਗਾ। ਅੱਜ ਮੈਂ ਤੁਹਾਨੂੰ ਪੁੱਛਦੀ ਹਾਂ, 2 ਸਾਲ ਲੰਘ ਗਏ ਨੇ, ਨਸ਼ਾ 3 ਗੁਣਾ ਵੱਧ ਤੁਹਾਡੀ ਗਲੀਆਂ 'ਚ ਵਿਕ ਰਿਹਾ ਕਿ ਨਹੀਂ? ਘਰ ਘਰ ਤਾਈਂ ਨਸ਼ੇ 'ਚ ਹੋਮ ਡਿਲੀਵਰੀ ਹੋ ਰਹੀ ਹੈ, 550 ਮਾਵਾਂ ਦੇ ਪੁੱਤਾਂ ਦੀ ਮੌਤਾਂ ਹੋ ਗਈਆਂ ਨੇ ਟੀਕੇ ਲਾ ਲਾ ਕੇ। ਇਹ ਦੇਣ ਇਸ ਰਾਜੇ ਦੀ ਜਿਹੜਾ ਨਸ਼ਾ ਵੇਚ ਵੇਚ ਕੇ ਤੁਹਾਡੇ ਘਰ ਬਰਬਾਦ ਕਰ ਰਿਹਾ। ਅੱਜ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸ਼ੁਕਰ ਹੈ ਚੋਣਾਂ ਆਈਆਂ ਨੇ, ਜਿਹਦੇ ਕਰਕੇ ਕਾਂਗਰਸੀਆਂ ਨੂੰ ਤੁਹਾਡੇ ਵਿੱਚ ਆਉਣਾ ਪਊਗਾ, ਝਾੜੂ ਵਾਲੇ ਵੀ ਤੁਹਾਡੇ ਵਿੱਚ ਆਉਣਗੇ,
ਘੱਟ ਤੋਂ ਘੱਟ ਤੁਸੀਂ ਪੁੱਛ ਤਾਂ ਸਕਦੇ ਹੋ ਸਾਨੂੰ 2 ਸਾਲ 'ਚ ਮਿਲਿਆ ਕੀ। ਤੇ ਮੈਂ ਤਾਂ ਆ ਕਹਿੰਦੀ ਹਾਂ, ਜਿਹੜਾ ਤੁਹਾਨੂੰ 2 ਸਾਲ ਤੋਂ ਤਪਾ ਕੇ ਰੱਖਿਆ ਹੈ, ਜੇ ਤੁਸੀਂ ਤਕੜੀ ਦਾ ਬਟਨ ਨਾਪ ਨਾਪ ਕੇ 13 ਸੀਟਾਂ 'ਚੋਂ ਇਹਦੀ ਜ਼ਮਾਨਤ ਨਹੀਂ ਨਾ ਜ਼ਬਤ ਕਰਦੇ, ਅਜੇ ਇਹਦੇ 2.5 ਸਾਲ ਹੋਰ ਪਏ ਨੇ, ਅਜੇ ਬਿਜਲੀ ਦੇ ਬਿੱਲ ਹੋਰ ਵਧਣਗੇ, ਜਿਹੜੇ ਬਚੇ ਕੁਚੇ ਆਟੇ ਦਾਲ ਦੇ ਕਾਰਡ ਨੇ ਤਾਂ ਪੈਨਸ਼ਨ ਹੋਰ ਕੱਟੂਗਾ। ਜੇ ਤੁਸੀਂ ਬਟਨ ਨੱਪ ਕੇ 13 ਸੀਟਾਂ ਵਿੱਚੋਂ ਇਹਦੀ ਜ਼ਮਾਨਤ ਜ਼ਬਤ ਕਰਾਤੀ, ਫਿਰ ਇੱਥੇ ਵੀ ਰੋਕ ਲੱਗੂਗੀ, ਇਹਨੂੰ ਕੁਰਸੀ ਤੋਂ ਲਾ ਦਿੱਤਾ ਜਾਊਗਾ, ਤੇ ਫਿਰ ਤੁਹਾਡੀ ਆਪਣੀ ਸਰਕਾਰ ਜਦ ਬਣੂਗੀ, ਤੁਹਾਡੀ ਸਰਕਾਰ ਬਣਨ ਦੇ ਨਾਲ ਉਹ ਸਾਰੀ ਸਹੂਲਤਾਂ ਬਾਦਲ ਸਾਹਿਬ ਇੱਕ ਵਾਰ ਫੇਰ ਦੇਣਗੇ। ਤੇ ਕੇਂਦਰ ਵਿੱਚ ਤਾਂ ਮੋਦੀ ਦੀ ਸਰਕਾਰ ਬਣੀ ਰਹੀ ਹੈ, ਜਦੋਂ ਦੀ ਸਰਕਾਰ ਬਣ ਜੂਗੀ ਇੱਥੇ ਆਪਣੀ ਹੋਊਗੀ, ਫਿਰ ਤੁਹਾਡੇ ਮਕਾਨ ਵੀ ਤਾਂ ਆਣਗੇ, ਤੁਹਾਡੇ ਪਖਾਨੇ ਤੁਹਾਡੀ ਲੈਟਰੀਨਾਂ ਵੀ ਆਣਗੀਆਂ, ਤੇ ਬੱਚੇ ਤੇ ਰੋਜ਼ਗਾਰ ਦੇ ਸਾਧਨ ਵਾਸਤੇ। ਅੱਜ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਨਿਮਾਨੇ ਨੂੰ ਵਜ਼ੀਰ ਬਣਾਇਓ। ਜਦ ਸੂਬੇ ਵਿੱਚ ਸਰਕਾਰ ਬਦਲ ਗਈ, ਦਿੱਲੀ ਦੇ ਸਰਕਾਰ ਤੋਂ ਸਭ ਤੋਂ ਵੱਡਾ ਪੰਜਾਬ ਦਾ ਹਸਪਤਾਲ ਏਮਸ ਆਪਣੇ ਇਲਾਕੇ ਵਿੱਚ ਲੈ ਕੇ ਆਏ, ਤਾਂ ਕਿ ਇਹਨਾਂ ਗਰੀਬਾਂ ਦਾ ਪ੍ਰਾਈਵੇਟ ਹਸਪਤਾਲ ਤੋਂ ਵੀ ਵਧੀਆ ਇਲਾਜ ਹੋ ਸਕੇ, ਤਾਂ ਬਿਲਕੁਲ ਮੁਫ਼ਤ ਹੋ ਸਕੇ। 1.5 ਮਹੀਨੇ 'ਚ ਇਹ ਹਸਪਤਾਲ ਤਿਆਰ ਹੋ ਜੂਗਾ। 2 ਸਾਲ ਰਾਜੇ ਨੇ ਰੋੜੇ ਅਟਕਾ ਅਟਕਾ ਕੇ ਮੈਨੂੰ ਇਹ ਹਸਪਤਾਲ ਦੀ ਉਸਾਰੀ ਵਾਸਤੇ ਮਨਜ਼ੂਰੀ ਨਹੀਂ ਦਿੱਤੀਆਂ, ਲੇਕਿਨ ਤੁਹਾਡੇ ਆਸ਼ੀਰਵਾਦ ਸਦਕਾ ਬੇਪਰਵਾਹ ਹੋ ਕੇ ਅੱਜ ਹਸਪਤਾਲ 1.5 ਮਹੀਨੇ 'ਚ ਤਿਆਰ ਹੋ ਜੂਗਾ। ਤੇ ਇਲਾਜ ਤਾਂ ਹੋਊਗਾ, ਲੇਕਿਨ ਤੁਸੀਂ ਦੇਖੋ ਇੱਕ ਹਸਪਤਾਲ ਜਿਹੜਾ ਸ਼ਹਿਰ ਵਰਗਾ ਵੱਡਾ ਹੈਗਾ, ਕੱਲੇ ਉੱਥੇ ਜਦ ਨੌਕਰੀਆਂ ਲੱਗਦੀਆਂ ਨੇ ਡਾਕਟਰਾਂ ਤੇ ਨਰਸਾਂ ਦੀ ਨਹੀਂ ਲੱਗਦੀਆਂ, ਕੋਈ ਉੱਥੇ ਸੇਵਾਦਾਰ ਲੱਗਦਾ ਹੈ, ਹੈਲਪਰ ਲੱਗਦਾ ਹੈ, ਮਾਲੀ ਲੱਗਦਾ ਹੈ, ਚੌਕੀਦਾਰ ਲੱਗਦਾ ਹੈ, ਲਾਂਗਰੀ ਲੱਗਦਾ ਹੈ, ਕੰਪਿਊਟਰ ਆਪਰੇਟਰ ਲੱਗਦਾ ਹੈ, ਟੈਲੀਫੋਨ ਆਪਰੇਟਰ ਲੱਗਦਾ ਹੈ, ਮਕੈਨਿਕ ਲੱਗਦਾ, ਇੰਜੀਨੀਅਰ ਲੱਗਦਾ। ਆ ਜਿੰਨੇ ਤੁਹਾਡੇ ਬੇਰੋਜ਼ਗਾਰ ਬੱਚੇ ਵਿਹਲੇ ਫਿਰਦੇ ਨੇ, ਇਹਨਾਂ ਸਾਰਿਆਂ ਦੇ ਰੋਜ਼ਗਾਰ ਦੇ ਠਿਕਾਣੇ ਬਣਨਗੇ, ਸਾਧਨ ਬਣੂਗਾ ਅਗਲੇ 1.5 ਮਹੀਨੇ 'ਚ। ਤੇ ਜਿਹੜੇ ਸਾਰੇ ਵਿਰੋਧੀ ਰਲ ਮਿਲ ਕੇ ਇਕੱਠੇ ਹੋ ਕੇ ਮੈਨੂੰ ਹੈਰਾਨ ਵਾਸਤੇ ਆਏ ਨੇ, ਮੈਨੂੰ ਹੈਰਾਨ ਲਈ ਨਹੀਂ, ਇਹ ਤੁਹਾਡਾ ਨੁਕਸਾਨ ਕਰਨ ਵਾਸਤੇ ਆਏ ਨੇ। ਕਿਉਂਕਿ ਜੇ ਤੁਹਾਡਾ ਭਲਾ ਕਰਨਾ ਚਾਹੁੰਦੇ, ਸਭ ਤੋਂ ਪਹਿਲੇ ਜਿੱਥੇ ਲੋਕਾਂ ਨੇ ਚੁਣਿਆ ਉੱਥੋਂ ਅਸਤੀਫਾ ਦੇ ਕੇ ਆਉਂਦੇ, ਕੋਈ ਅਸਤੀਫਾ ਨਹੀਂ ਦਿੱਤਾ। 3 MLA ਆਪਣੇ ਆਪਣੇ ਹਲਕੇ ਤੋਂ ਭਗੌੜੇ ਬਣ ਕੇ ਆਏ ਨੇ, ਤਾਂ ਕਿ ਇਸ ਇਲਾਕੇ ਤੋਂ ਅਸੀਂ ਏਮਸ ਬੰਦ ਕਰ ਸਕੀਏ। ਜਿਵੇਂ ਮੈਂ ਦੱਸਿਆ, ਕਾਂਗਰਸ ਨੇ ਤਾਂ ਪਹਿਲੇ ਹੀ ਰਾਜਾ ਕਹਿੰਦਾ ਸੀ ਮੈਂ ਤਾਂ ਬਣਨ ਹੀ ਨਹੀਂ ਦੇਵਾਂਗਾ, ਆ ਖਹਿਰੇ ਵਰਗੇ ਆਏ ਨੇ, ਉਹ ਕਹਿੰਦਾ ਸੀ ਮੈਂ ਧਰਨਾ ਮਾਰਾਂਗਾ, ਮੈਂ ਦੇਖਦਾ ਕਿਵੇਂ ਬਣਾਂਗਾ। ਇਹ ਸਾਰੇ ਇਕੱਠੇ ਹੋ ਕੇ ਤੁਹਾਨੂੰ ਕੁਛ ਦੇਣ ਵਾਸਤੇ ਨਹੀਂ, ਤੁਹਾਡਾ ਨੁਕਸਾਨ ਕਰਕੇ ਜਿਹੜਾ ਮੈਂ ਲੈ ਕੇ ਆਈ ਉਹ ਰੋਕਣ ਵਾਸਤੇ, ਤੇ ਗਾਂ 5 ਸਾਲ 'ਚ ਜੇ ਤੁਸੀਂ ਸੇਵਾ ਬਖਸ਼ੀ ਇਸ ਤੋਂ ਵੱਡਾ ਜਿਹੜਾ ਮੈਂ ਲਾ ਸਕਦੀ ਉਹ ਵੀ ਰੋਕਣ ਵਾਸਤੇ ਆਏ ਨੇ। ਹੁਣ ਤੁਸੀਂ ਫੈਸਲਾ ਕਰਨਾ ਹੈ ਆਉਣ ਵਾਲੀ 19 ਤਰੀਕ ਨੂੰ, ਕਿ ਤੁਸੀਂ ਚਾਹੁੰਦੇ ਹੋ ਕਿ ਵਧੀਆ ਹਸਪਤਾਲ ਤੁਹਾਡੇ ਇਲਾਜ ਵਾਸਤੇ ਬਣੇ, ਕਿ ਤੁਸੀਂ ਚਾਹੁੰਦੇ ਹੋ ਉਸ ਹਸਪਤਾਲ 'ਚ ਤੁਹਾਡੇ ਬੱਚਿਆਂ ਦੀ ਨੌਕਰੀਆਂ ਲੱਗਣ, ਤੇ ਕੀ ਤੁਸੀਂ ਚਾਹੁੰਦੇ ਹੋ ਕਿ ਦਿੱਲੀ ਦੀ ਜਿੰਨੀ ਸਹੂਲਤਾਂ ਨੇ ਉਹ ਤੁਹਾਡੇ ਤਾਈਂ ਪਹੁੰਚਣ। ਜੇ ਤੁਸੀਂ ਚਾਹੁੰਦੇ ਹੋ ਤਾਂ ਵੱਧ ਚੜ ਕੇ 19 ਤਰੀਕ ਨੂੰ ਤਕੜੀ ਨੂੰ ਵੋਟ ਪਾ ਕੇ ਵੱਡਾ ਹਮਲਾ ਮਾਰੋ, ਕਿਉਂਕਿ ਜਿੰਨਾ ਵੱਡਾ ਹਮਲਾ ਮਾਰ ਕੇ ਤੁਸੀਂ ਇਸ ਨਿਮਾਨੇ ਨੂੰ ਤਕੜਾ ਕਰੋਗੇ, ਓਨੇ ਹੀ ਵੱਡਾ ਹਮਲਾ ਮਾਰ ਕੇ ਤੁਹਾਡੀ ਹੱਕਾਂ ਦੀ ਲੜਾਈ ਵਾਸਤੇ ਮੈਂ ਬੁਲੰਦ ਆਵਾਜ਼ ਕਰਕੇ ਤੁਹਾਡੀ ਸਹੂਲਤਾਂ ਦਿਲਵਾਉਣ ਵਾਸਤੇ ਤੇ ਤੁਹਾਡਾ ਵਿਕਾਸ ਕਰਨ ਵਾਸਤੇ ਮੈਂ ਆਪਣਾ ਯੋਗਦਾਨ ਪਾਵਾਂਗੀ। ਸੋ ਆਪਣੀਆਂ ਭੈਣਾਂ ਦਾ ਮੈਂ ਖਾਸ ਆਸ ਰੱਖਦੀ ਹਾਂ, ਕਿਉਂਕਿ ਤੁਹਾਡੀ ਧੀਆਂ ਨੂੰ ਅੱਗੇ ਵਧਾਉਣ ਵਾਸਤੇ ਆਪ ਦੀ ਤਨਖਾਹ ਤੋਂ 200 ਸਿਲਾਈ ਸੈਂਟਰ ਚਲਾ ਕੇ ਨੰਨੀ ਛਾਂ ਦੇ, ਫਿਰ 13,000 ਧੀਆਂ ਨੂੰ ਸਿਖਲਾਈ ਦੇ ਕੇ, ਮਸ਼ੀਨਾਂ ਦੇ ਕੇ ਇਹਨਾਂ ਧੀਆਂ ਨੂੰ ਆਪਣੇ ਪੈਰਾਂ ਤੇ, ਫਿਰ 23 ਤਰੀਕ ਨੂੰ ਜਦ ਗਿਣਤੀ ਹੋਊਗੀ ਤਾਂ ਕੀ ਨਿਕਲੂਗਾ, 23 ਮਈ ਕਾਂਗਰਸ ਗਈ, 23 ਮਈ ਕਾਂਗਰਸ ਗਈ, 23 ਮਈ ਗਈ ਗਈ ਕਾਂਗਰਸ ਗਈ, ਤੇ ਮੁਕਿਆ ਸਾਪਾ ਫਿਰ। ਠੀਕ ਹੈ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਬੀਬਾ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਇੱਥੇ